ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ 2 ਘੰਟੇ ਲਈ ਰੇਲ ਰੋਕੋ ਅੰਦੋਲਨ ਕੀਤਾ ਗਿਆ। ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਮੋਦੀ ਸਰਕਾਰ ਧਿਆਨ ਦੇਵੇ। ਉਹਨਾਂ ਕਿਹਾ ਲਖੀਮਪੁਰ ਵਿਖੇ ਜੋ ਭਾਜਪਾ ਆਗੂ ਵੱਲੋਂ ਕਿਸਾਨ ਆਗੂਆਂ ਦੇ ਹਮਲਾ ਕੀਤਾ ਗਿਆ, ਉਹਨਾਂ ਦੋਸ਼ੀਆਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇ। ਗੁਰਧਿਆਨ ਸਿੰਘ ਸੋਹਣਾ, ਸੂਬਾ ਸੀਨੀਅਰ ਮੀਤ ਪ੍ਰਧਾਨ, ਭਾਰਤੀ ਕਿਸਾਨ ਏਕਤਾ ਭਟੇੜੀ ਕੱਲਾ। ਅੱਜ ਦਾ ਜਿਹੜਾ ਪ੍ਰੋਗਰਾਮ ਆ, 2 ਵੱਡੇ ਫੋਰਮ ਵੱਲੋਂ SKM ਗੈਰ ਰਾਜਨੀਤਿਕ KM ਵੱਲੋਂ ਪੂਰੇ ਭਾਰਤ ਦੇ ਵਿੱਚ 2 ਘੰਟੇ ਵਾਸਤੇ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਦਾ ਪ੍ਰੋਗਰਾਮ ਆ। ਇਹਦੇ ਵਿੱਚ 2021 ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਲਖਮੀਰ ਖਿਰੀ ਦੇ ਵਿੱਚ ਇੱਕ ਅਜੇ ਮਿਸਰਾ ਟੈਨੀ ਦਾ ਮੰਤਰੀ ਨੇ ਕਿਸਾਨਾਂ 'ਤੇ ਸਿੱਧੀਆਂ ਗੱਡੀਆਂ ਚੜਾ ਕੇ ਉਹਨਾਂ ਨੂੰ ਸ਼ਹੀਦ ਕਰਾਇਆ ਗਿਆ। ਉੱਥੇ ਇੱਕ ਸਾਡਾ ਪੱਤਰਕਾਰ ਵੀਰ ਵੀ ਸ਼ਹੀਦ ਹੋਇਆ, ਉਹਨੂੰ ਇਨਸਾਫ ਦਿਵਾਉਣ ਵਾਸਤੇ। ਪਲੱਸ ਸਰਕਾਰ ਦੀ ਵਾਅਦਾ ਖਿਲਾਫੀ, ਜਿਵੇਂ ਮੌਕੇ ਦੀਆਂ ਮੰਗਾਂ ਨੇ, MSP ਗਰੰਟੀ ਕਾਨੂੰਨ ਹੋ ਗਿਆ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ, ਜਾਂ 2020 ਬਿਜਲੀ ਬਿੱਲ, ਮਨਰੇਗਾ, ਜਿਵੇਂ ਘੱਟੋ ਘੱਟ 200 ਦਿਨ ਕੰਮ, ਦਿਹਾੜੀ 700 ਰੁਪਈਏ, ਹੋਰ ਕੋਈ ਕਿਸਾਨਾਂ ਦੇ ਵਾਸਤੇ ਕੋਈ ਪੋਲਿਸੀ, ਕਾਫੀ ਜਿਹੜੀਆਂ ਮੌਕੇ ਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਪੂਰੇ ਭਾਰਤ ਦੇ ਵਿੱਚ ਇਹ ਪ੍ਰੋਗਰਾਮ ਹੋ ਰਹੇ ਨੇ। ਪਟਿਆਲੇ 'ਚ ਕਿਹੜੀ ਸੰਸਥਾ ਵੱਲੋਂ ਜਿਹੜਾ ਹੈਗਾ ਧਰਨਾ ਲਗਾਇਆ? ਦੇਖੋ ਜੀ, ਇਹ 2 ਵੱਡੇ ਫੋਰਮਾਂ ਵੱਲੋਂ SKM ਗੈਰ ਰਾਜਨੀਤਿਕ KM ਵੱਲੋਂ ਵੱਡੇ ਫੋਰਮ ਸਾਂਝਾ ਪ੍ਰੋਗਰਾਮ ਆ ਪੂਰੇ ਭਾਰਤ ਦੇ ਵਿੱਚ। ਪਟਿਆਲਾ ਦੇ ਵਿੱਚ ਜੰਗ ਸਿੰਘ ਭਟੇੜੀ, ਵਿਖਜੇਤਾ ਭਟੇੜੀ ਕੱਲਾ ਵੱਲੋਂ ਉਹਨਾਂ ਦੀ ਅਗਵਾਈ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਚੱਲ ਰਿਹਾ ਆ। ਫਿਰ ਆਪਾਂ ਗੱਲ ਕਰਦੇ ਹਾਂ ਜਿਹੜੇ ਉਸ ਟਾਈਮ ਤਾਂ ਜਿਹੜਾ ਸਾਡੇ ਨਾਲ ਧੱਕਾ ਹੋਇਆ 2-13 ਫਰਵਰੀ ਨੂੰ ਅਸੀਂ ਫਿਰ ਦੁਬਾਰਾ ਤਿਆਰੀ ਕਰੀ ਵੀ ਅਸੀਂ ਆਪਣੇ ਰਹਿੰਦੀਆਂ ਮੰਗਾਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੋਧ ਦੇ ਵਿੱਚ ਦਿੱਲੀ ਜਾਣ ਦੀ ਤਿਆਰੀ ਕਰੀ, ਤਾਂ ਸਾਨੂੰ ਸਾਡੇ ਬਾਰਡਰਾਂ 'ਤੇ ਇਹ ਤਰੀਕੇ ਗੱਲ ਰੋਕਿਆ ਗਿਆ ਜਿਵੇਂ ਕਿਸੇ ਹੋਰ ਦੇਸ਼ ਦੇ ਲੋਕ ਆਉਣ, ਅਸੀਂ ਆਪਣੀ ਰਾਜਧਾਨੀ ਵਿੱਚ ਆਪਣੇ ਮੰਗਾਂ ਨੂੰ ਨਹੀਂ ਜਾ ਸਕਦੇ। ਬੜੇ ਬੜੇ ਬੈਰੀਗੇਡ ਲਾ ਤੇ, ਬਾਰਡਰ ਬਣਾ ਤੇ, ਸਾਡੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ, ਕਦੇ SLR ਦੀਆਂ ਗੋਲੀਆਂ ਚੜ੍ਹਨ, ਅਥਰੂ ਗੈਸ ਦੇ ਗੋਲੇ, ਬਹੁਤ ਕੁਛ ਡਰੇਨਾਂ ਰਾਹੀਂ ਉੱਥੇ ਸਾਡੇ ਹਜ਼ਾਰਾਂ ਕਿਸਾਨ ਪੱਟੜ ਹੋਏ। ਕਿਸੇ ਨੇ ਸਾਡੇ ਅੱਖਾਂ ਗਵਾਈਆਂ, ਕਿਸੇ ਨੇ ਲੱਤਾਂ ਗਵਾਈਆਂ, ਕਿਸੇ ਨੇ ਕੁਛ ਗਵਾਇਆ। ਔਰ ਉਹ ਤੋਂ ਬਾਅਦ ਇੱਥੇ ਤੱਕ ਨਹੀਂ, ਉਹ ਤੋਂ ਬਾਅਦ ਵੀ ਦਹਿਸ਼ਤ ਦਾ ਮਾਹੌਲ ਬਣਾਉਣ ਵਾਸਤੇ BJP ਸਰਕਾਰ ਨੇ ਸਾਡਾ ਖਨੌਰੀ ਪੱਟ ਦੇ ਇੱਕ ਕਿਸਾਨ ਵੀਰ ਸ਼ੁਭਕਰਨ ਸਿੰਘ, ਉਹਨੂੰ ਸਿੱਧੀਆਂ ਉਹਦੇ ਗੋਲੀਆਂ ਚਲਾ ਕੇ ਹਜ਼ਾਰਾਂ ਟਰੈਕਟਰ ਪੰਨੇ ਕੇ ਸ਼ਹੀਦ ਕੀਤਾ ਗਿਆ। ਇਸ ਤੋਂ ਇਲਾਵਾ ਕੋਈ ਹੋਰ ਪ੍ਰੋਗਰਾਮ ਹੋਏਗਾ ਅੱਜ ਅੱਜ ਦਾ ਪ੍ਰੋਗਰਾਮ ਆ ਸਿਰਫ 2 ਘੰਟੇ ਦਾ। ਇਹ ਤੋਂ ਬਿਨਾਂ ਲਗਾਤਾਰ ਅਸੀਂ ਜਦ ਤੱਕ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ, ਪ੍ਰੋਗਰਾਮ ਲਗਾਤਾਰ ਮੋਰਚਿਆਂ ਵੱਲੋਂ ਦਏ ਜਾਣੇ ਨੇ, ਕਿਉਂਕਿ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ, ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਵੀ ਅਸੀਂ ਲਾਗੂ ਕਰਾਂਗੇ, ਸਿਰਫ ਲਾਗੂ ਨਹੀਂ ਕਰ ਰਹੇ। ਇਹਦਾ ਕਾਰਨ ਇੱਕ ਇਹੀ ਆ, ਜਿਹੜਾ ਸਰਕਾਰ ਚਾਹੁੰਦੀ ਆ ਵੀ ਸਾਰਾ ਕੁਛ ਕਾਰਪੋਰੇਟ ਸੈਕਟਰ ਦੇ ਹੱਕ ਵਿੱਚ ਦੇ ਦਈਏ। ਦੇਖੋ, ਸਾਰੇ ਲੋਕ ਕੰਮ ਕਰਦੇ ਨੇ, ਕੋਈ ਸਾਡਾ ਪੱਤਰਕਾਰ ਵੀਰ ਆ ਉਹ ਵੀ ਆਪਣੀ ਮਿਹਨਤ ਕਰ ਰਿਹਾ, ਕੋਈ ਪੁਲਿਸ ਮੁਲਾਜ਼ਮ ਆ ਉਹ ਵੀ ਕੰਮ ਕਰ ਰਿਹਾ, ਕੋਈ ਚਪੜਾਸੀ ਆ ਉਹ ਵੀ ਕੰਮ, ਕਿਸਾਨ ਵੀ ਕੰਮ ਕਰ ਰਿਹਾ, ਕੋਈ 12 ਘੰਟੇ, ਕੋਈ 14 ਘੰਟੇ, ਜਿਹੜੇ 80% ਕਿਰਤੀ ਮਿਹਨਤੀ ਲੋਕ ਨੇ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਕੋਈ ਨਾ ਕੋਈ ਕੰਮ ਕਰ ਰਹੇ ਨੇ, ਪਰ ਜਿਹੜੀਆਂ ਸਰਕਾਰਾਂ ਨੇ ਉਹ ਕੰਮ ਕਰਕੇ ਉਹਨਾਂ ਨੂੰ ਫਿਰ ਵੀ ਚੈਨ ਦੀ ਜ਼ਿੰਦਗੀ ਨਹੀਂ ਜੀਣ ਦੇ ਰਹੀਆਂ। ਉਹਨਾਂ ਪਰ ਤਰ੍ਹਾਂ ਤਰ੍ਹਾਂ ਦੀਆਂ ਪੋਲਿਸੀਆਂ, ਜਿਵੇਂ 2020 ਬਿਜਲੀ ਬਿੱਲ ਕਹਿੰਦੇ ਨੇ, ਚਿੱਪ ਵਾਲਾ ਮੀਟਰ, ਜਿਵੇਂ ਤੁਹਾਡੇ ਕੋਲ 4 ਪੈਸੇ ਹੈਗੇ ਨੇ ਤਾਂ ਤੁਸੀਂ ਚਲਾ ਸਕਦੇ ਹੋ, ਨਹੀਂ ਨਾ ਸੀ। ਸਰਕਾਰ ਸਾਰਾ ਕੁਛ ਪ੍ਰਾਈਵੇਟ ਅਦਾਰਿਆਂ ਨੂੰ ਦੇ ਰਹੀ ਆ, ਮਤਲਬ ਬਹੁਤ ਵੱਡੀਆਂ ਮੰਗਣਾ। ਹੁਣ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਆਪਾਂ, ਘੱਟੋ ਘੱਟ ਉਹਨੂੰ 200 ਦਿਨ ਕੰਮ ਮਿਲੇ, 700 ਉਹਨਾਂ ਦੀ ਦਿਹਾੜੀ ਬਣੇ। ਜਿਹੜਾ ਮਹਿੰਗਾਈ ਦਾ ਅੱਜ ਦਾ ਟਾਈਮ ਆ, 4 ਗੁਣਾ ਮਹਿੰਗਾਈ ਵੱਧ ਗਈ। ਜੇ ਸਰਕਾਰ, ਜਿਹੜੇ ਵੱਡੇ ਅਫਸਰ ਨੇ, IAS, PCS, ਬੜੇ ਬੜੇ ਅਫਸਰ, ਤਨਖਾਹ ਸਾਰਾ ਕੁਛ ਵੱਧ ਰਿਹਾ,
ਬਾਕੀ ਜਿਹੜੇ ਮਿਡਲ ਕਲਾਸ ਲੋਕਾਂ ਨੇ ਉਹਨਾਂ ਨਾਲ ਕੰਟਰੈਕਟਰ ਬੇਸ 'ਤੇ ਜੀ ਘਰ 'ਤੇ ਆ ਕਿਸੇ ਨੂੰ 10,000 ਕਿਸੇ ਨੂੰ 8,000 ਕਿਸੇ ਨੂੰ ਉਹ ਜਦਕਿ ਗਲਤ ਆ। ਸਰਕਾਰ ਨੂੰ ਸਾਰਿਆਂ ਨੂੰ ਇੱਕ ਨਿਗਾਹ ਨਾਲ ਦੇਖਣਾ ਚਾਹੀਦਾ, ਕਾਨੂੰਨ ਇੱਕ ਹੋਣਾ ਚਾਹੀਦਾ। ਜਿਵੇਂ ਕਾਨੂੰਨ ਦੀ ਗੱਲ ਕਰਦੇ ਹਾਂ, ਮੰਤਰੀਆਂ ਵਾਸਤੇ ਹੋਰ ਨੇ, ਆਮ ਲੋਕਾਂ ਵਾਸਤੇ ਹੋਰ ਨੇ। ਜੇ ਕੋਈ ਮੰਤਰੀ ਆ ਉਹ ਉਹਦੇ ਵਿੱਚ ਇਹੋ ਜਿਹਾ ਮਰਜ਼ੀ ਪਰਚਾ ਆ, ਉਹ ਗ੍ਰਹਿ ਮੰਤਰੀ ਬਣ ਜੂਗਾ, ਅਨਪੜ੍ਹ ਆ ਉਹ ਸਿੱਖਿਆ ਮੰਤਰੀ ਬਣ ਜੂਗਾ, ਉਹਦੇ ਬਾਅਦ ਕੋਈ ਕ੍ਰਾਈਮ ਆ, ਜੇਲ੍ਹ 'ਚ ਬੈਠਾ ਬੈਠਾ ਦੋ ਜਗ੍ਹਾ ਵੋਟਾਂ ਚੋਣ ਲੜ ਸਕਦਾ, ਅਸੀਂ ਵੋਟ ਵੀ ਨਹੀਂ ਪਾ ਸਕਦੇ। ਜੇ ਇੱਕ ਸਰਕਾਰ ਨੇ ਕੋਈ ਸਰਕਾਰੀ ਮੁਲਾਜ਼ਮ ਇੱਕ ਚਪੜਾਸੀ ਵੀ ਰੱਖਣਾ, ਉਹਦੀ ਯੋਗਤਾ ਦੇਖੀ ਜਾਂਦੀ ਆ, ਫਿਜੀਕਲ ਫਿਟਨੈਸ ਆ, ਉਹਦੀ ਪੜ੍ਹਾਈ ਲਿਖਾਈ ਕੀ ਆ, ਜਦ ਨੇਤਾ ਚੁਣਨਾ ਉੱਥੇ ਗੁੱਠਾ ਛਾਪ ਆ। ਆਹ ਮੇਰੀ ਸਾਰੇ ਲੋਕਾਂ ਨੂੰ ਅਪੀਲ ਆ, ਪੜ੍ਹੇ ਲਿਖੇ ਲੋਕਾਂ ਨੂੰ, ਦੇਖੋ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਵਾਸਤੇ ਲੜਾਈ ਲੜ ਰਹੇ ਨੇ, ਉਹਨਾਂ ਨੂੰ ਵੀ ਕਾਨੂੰਨ ਦੀ ਵਿਵਸਥਾ ਵਾਸਤੇ ਕੋਈ ਜਿਹੜੇ ਮੰਤਰੀ ਜਾਂ MLA ਕਿਸੇ ਨੇ ਬਣਨਾ, ਕੋਈ ਉਹਦੀ ਪੜ੍ਹਾਈ ਲਿਖਾਈ ਉਹਦੀ ਯੋਗਤਾ ਜਾਂ ਕੁਛ, ਉਹਨਾਂ ਨੂੰ ਵੀ ਸਮਝਣ ਦੀ ਲੋੜ ਆ। ਜਦੋਂ ਤੱਕ ਅਸੀਂ ਇਹ ਲੜਾਈ ਲੜਦੇ ਕੰਮ ਨਹੀਂ ਤਾਂ ਕਾਰਪੋਰੇਟ ਸੈਕਟਰ ਦੇ ਹੱਕਾਂ ਵਿੱਚ ਜਿਵੇਂ ਸਾਡੀਆਂ ਸਰਕਾਰਾਂ ਕਰ ਰਹੀਆਂ ਨੇ, ਉਹ ਦਿਨ ਦੂਰ ਨਹੀਂ। ਅਸੀਂ ਕਹਿ ਦੇਣਾ ਵੀ ਅਸੀਂ ਗੁਲਾਮੀ ਦੇ ਚੀਜ਼ਾਂ ਤੋੜ ਚੁੱਕੇ ਅੰਗਰੇਜ਼ਾਂ ਤੋਂ, ਅੱਜ ਅਸੀਂ ਜ਼ਿਆਦਾ ਨਹੀਂ, ਅੱਜ ਅਸੀਂ ਸਾਡੀਆਂ ਸਰਕਾਰਾਂ ਦੇ ਗੁਲਾਮ ਹਾਂ। ਸਰਕਾਰ ਜਿਵੇਂ ਮਰਜ਼ੀ ਚਾਹਵੇ ਸਾਨੂੰ ਕੁੱਟ ਵੀ ਰਹੀ ਆ, ਰੋਣ ਵੀ ਨਹੀਂ ਦੇ ਰਹੀ, ਸਾਨੂੰ ਜ਼ਿੰਦਗੀ ਜੀਣ ਨਹੀਂ ਦੇ ਰਹੀ, ਜਦਕਿ ਅਸੀਂ ਮਿਹਨਤ ਹੀ ਬਹੁਤ ਜ਼ਿਆਦਾ ਕਰ ਰਹੇ ਹਾਂ। ਇਹਦੇ ਕਰਕੇ ਜਿਹੜੇ ਦੋ ਵੱਡੇ ਫੋਰਮਾਂ ਨੇ, ਇੱਕ ਬਹੁਤ ਵੱਡਾ ਉਹਦਾ ਕੰਮ ਲੈ ਕੇ ਆਈ ਆ ਵੀ ਹਾਂ ਸ਼ਾਇਦ ਸਾਨੂੰ ਥੋੜ੍ਹਾ ਚਾਨਣਾ ਲੱਗਦਾ ਵੀ ਲੋਕ ਆਮ ਲੋਕਾਂ ਸ਼ਾਇਦ ਜਿੱਤ ਹੋ ਜੇ। ਇਹ ਜਿਵੇਂ ਲੜਾਈਆਂ ਨੇ ਸਾਰੇ ਵਰਗ ਦੀਆਂ ਲੜਾਈਆਂ, ਐਵੇਂ ਹੀ ਚੱਲਦੇ ਰਹਿੰਦਾ ਲੜਦੇ ਰਹਾਂਗੇ। SMJ ਨਿਊਜ਼ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ।